ਕੇਰੀਆਂ ਦੀ ਸਬਜ਼ੀ ਮੰਡੀ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਨੌਜਵਾਨ ਆਪਣੇ ਟਰੱਕ ਨੂੰ ਪਿੱਛੇ ਕਰ ਰਿਹਾ ਸੀ ਜਿਸ ਸਮੇਂ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਪਹਿਚਾਣ ਸਾਗਰ ਵਾਸੀ ਰਾਜਸਥਾਨ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਲੋਕਾਂ ਨੇ ਸਾਗਰ ਨੂੰ ਤੁਰੰਤ ਹੌਸਪੀਟਲ ਪਹੁੰਚਾਇਆ, ਪਰ ਹੌਸਪੀਟਲ ਪਹੁੰਚਣ ਤੋਂ ਪਹਿਲਾਂ ਹੀ ਸਾਗਰ ਦੀ ਮੌਤ ਹੋ ਚੁੱਕੀ ਸੀ। ਇਹ ਨੌਜਵਾਨ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਇੱਥੇ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਉਹ ਮਕੇਰੀਆਂ ਦੇ ਇੱਕ ਪਿੰਡ ਵਿੱਚ ਆਪਣੇ ਨਾਨਾ ਨਾਨੀ ਨਾਲ ਰਹਿੰਦਾ ਸੀ। ਮਕੇਰੀਆਂ ਦੀ ਸਬਜ਼ੀ ਮੰਡੀ ਕੋਲ ਆਏ ਟਰੱਕ ਨੂੰ ਪਿੱਛੇ ਕਰਦੇ ਸਮੇਂ ਟਰੱਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਟਰੱਕ ਵਿੱਚ ਸਵਾਰ ਸਾਗਰ ਦੀ ਮੌਤ ਹੋ ਗਈ। ਪੁਲਿਸ ਨੂੰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਮਕੇਰੀਆਂ ਤੋਂ ਦਲਵੀਰ ਸਿੰਘ ਚਰਖਾ ਦੀ ਰਿਪੋਰਟ। ਇਹ ਰਾਜਸਥਾਨ ਦਾ ਮੁੰਡਾ ਟਰੱਕ ਕੰਡਕਟਰ ਹੈਗਾ ਅਤੇ ਪਾਸ ਮੇ ਇਜੈਕਟ ਜਗ੍ਹਾ ਆਪਣਾ ਆਪਣੇ ਕਾਮ ਕੇ ਦੌਰਾਨ ਕਿਸੀ ਤਰ੍ਹਾਂ ਸੇ ਇਸੇ ਕਰੰਟ ਕੀ ਤਾਰ ਬਚ ਗਈ ਆ, ਜੈਸੇ ਵੀ ਉਹ ਮੈਨੂੰ ਨਹੀਂ ਪਤਾ, ਬਟ ਕਰੰਟ ਲੱਗ ਗਿਆ ਅਤੇ ਮਤਲਬ ਉਸੀ ਵਕਤ ਇਸਕੀ ਸਸਪੈਕਟਡ ਡੈਥ ਹੋ ਗਈ। ਲੇਕਿਨ ਜਬ ਹਮਾਰੇ ਪਾਸ 9:40 ਮੇ ਆਇਆ ਤੋ ਹਮਨੇ ਚੈੱਕ ਕੀਆ ਅਤੇ ਇਹ ਬਰੋਡ ਡੈਥ ਥਾ। ਸਰ ਪੁਲਿਸ ਰਿਪੋਰਟ ਕਿਆ ਕੀ ਆਪਣੀ? ਹਾਂ, ਅਤੇ ਫਿਰ ਸਭ ਤੋਂ ਪਹਿਲੇ ਹਮਨੇ ਪੁਲਿਸ ਰਿਪੋਰਟ ਦੀ। ਮੇਰਾ ਜ਼ਿਲ੍ਹਾ ਜੈਪੁਰ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਵਾਗਵਾਲ ਕਾਲੋਨੀ ਰਹਿੰਦਾ ਮਕੇਰੀਆਂ, ਠੀਕ ਹੈ। ਬਰਫਾਲੀ ਖਾਨ ਲਾਗੇ ਇਹਦੀ ਜੜ ਲੱਗਣ ਵਾਲੀ ਮੌਤ ਹੋ ਚੁੱਕੀ ਆ। ਇਹਦੀ ਰੈੱਡ ਬੋਡੀ ਮੋਰਚਰੀ ਹਸਪਤਾਲ ਵਿੱਚ ਰਖਾਈ ਗਈ ਆ, ਠੀਕ ਆ। ਇਹਦੇ ਪਰਿਵਾਰ ਤਿੰਨ ਸਾਰੇ ਆ, ਜੋ ਪੇਟਸ ਆਉਣਗੇ ਉਸ ਨਾਲ ਕਾਰਵਾਈ ਅਮਲ ਵਿੱਚ ਲਿਆਉਂਦੀ ਆ। ਲਗਭਗ ਲੜਕੇ ਦੀ ਕਿੰਨੀ ਕੁ ਉਮਰ ਹੈ? 17 ਸਾਲ ਉਮਰ ਹੈ ਲੜਕੇ ਦੀ। ਕੰਮ ਕਰਦਾ ਸੀ? ਕੰਮ ਕਰਦਾ ਜੀ, ਇਹਦੇ ਅੱਜ ਪੁੱਜ ਤਾਂ ਕਰਦਾ ਜੀ, ਨਾਲ ਇੱਥੇ ਰਹਿੰਦੇ, ਮਾਮੇ ਇੱਥੇ ਦੇ, ਠੀਕ ਹੈ ਜੀ। ਅਤੇ ਜੇ ਪੇਟਸ ਆ ਰਹੇ ਆ, ਪੇਟਸ ਆਉਂਦੇ ਹਸਪਤਾਲ ਵਿੱਚ ਕਾਰਵਾਈ ਅਮਲ ਵਿੱਚ ਲਿਆਉਂਦੀ ਆ। ਠੀਕ ਹੈ ਜੀ। ਤੁਹਾਨੂੰ ਕੀ ਨਾਂ ਸੀ ਮੁੰਡੇ ਦਾ? ਸਾਗਰ ਨਾਮ ਸੀ। ਅੱਛਾ ਜੀ, ਠੀਕ ਹੈ।